We'll oh, ਪੰਜਾਬੀ ਰੇਡੀਓ ਯੂਐਸਐਸ ਹੰਰੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮਉਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅੱਜ 24 ਫਰਵਰੀ ਦਿਨ ਬੁੱਧਵਾਰ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜਿਸ ਦੇ ਵਿੱਚ ਤੁਹਾਨੂੰ ਵਰਲਡ ਦੀਆਂ ਨਿਊਜ਼ ਅਮਰੀਕਾ ਦੀਆਂ ਨਿਊਜ਼ ਮੌਸਮ ਦੇ ਬਾਰੇ ਜਾਣਕਾਰੀ ਇਕਨੋਮੀ ਦੀ ਜਾਣਕਾਰੀ ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਰੇਟ ਦੱਸਾਂਗੇ ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਆਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ ਅੱਜ ਦੀਆਂ ਖਬਰਾਂ ਦੇ ਸਪਾਂਸਰਜ਼ ਹਨ ਖਾਲਸਾਨ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ ਇਸ ਦੇ ਨਾਲ ਨਾਲ ਸੰਤੋਖ ਸਿੰਘ 바ਸੀ ਜੀ ਫ੍ਰੀਮਾਉਂਟ ਤੋਂ ਮਨਜੀਤ ਸਿੰਘ ਨਰਿੰਦਰ ਕੌਰ ਕਲਰ ਜੀ ਕਲੋਵਿਸ ਤੋਂ ਅਤੇ ਨਾਜ਼ਰ ਸਿੰਘ ਰਿਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂਐਸਏ ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408 272 52100 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabireadiousa.com ਤੇ ਵਾਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ ਸੁਪਰੀਮ ਕੋਰਟ ਦੀ ਬੈਂਚ ਦੇ ਉੱਤੇ ਜਸਟਿਸ ਐਂਟੋਨਿੰਗਸ ਕਾਲਿਆ ਦੀ ਮੌਤ ਤੋਂ ਬਾਅਦ ਹੋਈ ਖਾਲੀ ਜਗ੍ਹਾ ਨੂੰ ਭਰਨ ਤੇ ਜਦੋਂ ਜਹਾਜ ਹੋਰ ਤੇਜ਼ ਹੁੰਦੀ ਜਾ ਰਹੀ ਹੈ ਜਿੱਥੇ ਕਿ ਰਿਪਬਲਿਕਨ ਪਾਰਟੀ ਪੂਰੀ ਤਰ੍ਹਾਂ ਇਸ ਪੋਸਟ ਨੂੰ ਭਰਨ ਦਾ ਵਿਰੋਧ ਕਰ ਰਹੀ ਹੈ ਅਤੇ ਉਹ ਕਹਿ ਰਹੇ ਹਨ ਕਿ ਆਉਣ ਵਾਲੇ ਰਾਸ਼ਟਰਪਤੀ ਜੋ ਕਿ ਨਵੰਬਰ 2016 ਦੀ ਇਲੈਕਸ਼ਨ ਤੋਂ ਬਾਅਦ ਚੁਣੇ ਜਾਣਗੇ ਉਹੀ ਆ ਕੇ ਇਸ ਖਾਲੀ ਜਗ੍ਹਾ ਨੂੰ ਭਰਨਗੇ ਪਰ ਉਧਰ ਹੀ ਰਾਸ਼ਟਰਪਤੀ ਬਰਾਕ ਓਬਾਮਾ ਦਾ ਕਹਿਣਾ ਹੈ ਕਿ ਉਹ ਆਪਣੀਆਂ ਸੰਵਿਧਾਨਿਕ ਰਾਈਟਸ ਪੂਰੀਆਂ ਕਰਕੇ ਜਾਣਗੇ ਅਤੇ ਉਹਨਾਂ ਦੇ ਕੋਲ ਹਜੇ ਤੱਕ ਬਹੁਤ ਟਾਈਮ ਪਿਆ ਹੈ ਜਿਸ ਦੇ ਵਿੱਚ ਉਹ ਸੁਪਰੀਮ ਕੋਰਟ ਦੀ ਬੈਂਚ ਦੇ ਉੱਤੇ ਨਵੇਂ ਜੱਜ ਦੀ ਨਿਯੁਕਤੀ ਕਰ ਸਕਦੇ ਹਨ ਇਸ ਦੇ ਉੱਤੇ ਬੋਲਦੇ ਹੋਏ ਰਾਸ਼ਟਰਪਤੀ ਬਰਾਕੂਬਾਮਾ ਨੇ ਕਿਹਾ ਸੈਨੇਟ ਮੈਜੋਰਟੀ ਦੇ ਲੀਡਰ ਮਿਚ ਮੈਕਨਲ ਦੇ ਕੋਲੇ ਕੋਈ ਵੀ ਸਹੀ ਤਰਕ ਨਹੀਂ ਹਨ ਜਿਨ੍ਹਾਂ ਦੇ ਨਾਲ ਉਹ ਐਕਸਪਲੇਨ ਕਰ ਸਕਣ ਕਿ ਜੋ ਸੁਪਰੀਮ ਕੋਰਟ ਦੀ ਬੈਂਚ ਦੇ ਉੱਤੇ ਜੱਜ ਦੀ ਖਾਲੀ ਹੋਈ ਪੋਸਟ ਹੈ ਉਸ ਨੂੰ ਨਾ ਭਰਿਆ ਜਾਵੇ ਉਹਨਾਂ ਨੇ ਕਿਹਾ ਹਾਲਾਂਕਿ ਉਹਨਾਂ ਦੇ ਇਰਾਦੇ ਪੁਲ ਪੋਲਿਟੀਕਲੀ ਮੋਟੀਵੇਟਿਡ ਲੱਗਦੇ ਹਨ ਅਤੇ ਜਿਸ ਨਾਲ ਉਹਨਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਅਤੇ ਉਹ ਆਪਣਾ ਸੰਵਿਧਾਨਿਕ ਹੱਕ ਪੂਰਾ ਕਰਕੇ ਜਾਣਗੇ ਉਧਰ ਹੀ ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟ ਦੇ ਵਿੱਚ ਮਾਈਨੋਰਟੀ ਲੀਡਰ ਹੈਰੀ ਰੈਡਨਿੰਗ ਇੱਕ ਰਿਪਬਲਿਕਨ ਗਵਰਨਰ ਦਾ ਨਾਮ ਸੁਪਰੀਮ ਕੋਰਟ ਦੇ ਵਿੱਚ ਜੱਜ ਦੇ ਲਈ ਸੁਜੈਸਟ ਕੀਤਾ ਹੈ। ਉਹਨਾਂ ਨੇ ਨਿਵਾਡਾ ਦੇ ਰਿਪਬਲਿਕਨ ਗਵਰਨਰ ਬ੍ਰੈਂਸ ਸੈਂਡੋਵਲ ਦਾ ਨਾਮ ਸੁਜੈਸਟ ਕੀਤਾ ਹੈ। ਖਬਰਾਂ ਦੇ ਮੁਤਾਬਕ ਵਾਈਟ ਹਾਊਸ ਦੇ ਅਫੀਸ਼ੀਅਲਸ ਵੀ ਗਵਰਨਰ ਬ੍ਰੈਂਸ ਸੈਂਡੋਵਲ ਦੇ ਵਿੱਚ ਹੋਰ ਜਾਣਕਾਰੀਆਂ ਜੁਟਾਰੇ ਹਨ ਅਤੇ ਉਹ ਉਹਨਾਂ ਦੀ ਜਾਂਚ ਕਰ ਰਹੇ ਹਨ। ਹਾਲਾਂਕਿ ਹਜੇ ਤੱਕ ਨਾ ਹੀ ਗਵਰਨਰ ਸੈਂਡੋਵਲ ਅਤੇ ਨਾ ਹੀ ਕਿਸੇ ਵੀ ਉਹਨਾਂ ਦੇ ਸਟਾਫ ਦੇ ਮੈਂਬਰ ਨੇ ਇਹ ਹਿਸਾਬ ਕੀਤਾ ਹੈ ਕਿ ਉਹਨਾਂ ਨੂੰ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਹਜੇ ਤੱਕ ਕੰਟੈਕਟ ਕੀਤਾ ਗਿਆ ਹੈ ਜਾਂ ਨਹੀਂ। ਰਾਸ਼ਟਰਪਤੀ ਬਰਾਕ ਬਾਮਾ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਜੋ ਕਿ ਉਹਨਾਂ ਦਾ ਵਿਰੋਧ ਕਰ ਰਹੇ ਹਨ ਉਹ ਸਮਝਦੇ ਹਨ ਕਿ ਸਿਰਫ ਪੋਲਿਟਿਕਲ ਮੋਟੀਵੇਟਿਡ ਹੋ ਕੇ ਹੀ ਉਹਨਾਂ ਦਾ ਵਿਰੋਧ ਕਰ ਰਹੇ ਹਨ ਤੇ ਇਹ ਦੇਸ਼ ਹਿੱਤ ਦੇ ਲਈ ਸਹੀ ਗੱਲ ਨਹੀਂ ਹੈ ਪਰ ਉਹ ਇਸ ਤੋਂ ਬਿਲਕੁਲ ਵੀ ਪ੍ਰਭਾਵਿਤ ਨਾ ਹੁੰਦੇ ਹੋਏ ਆਪਣਾ ਸੰਵਿਧਾਨਿਕ ਹੱਕ ਨਿਯਮਾਂ ਦੇ ਤਹਿਤ ਜ਼ਰੂਰ ਪੂਰਾ ਕਰਕੇ ਜਾਣਗੇ ਰਾਸ਼ਟਰਪਤੀ ਬਰਾਕ ਬਾਮਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਦੇ ਲਈ ਕਿਸੇ ਨੂੰ ਵੀ ਨਾਮਿਨੇਟ ਕਰਕੇ ਬਾਅਦ ਦੇ ਵਿੱਚ ਅਮਰੀਕਨ ਲੋਕਾਂ ਦੇ ਉੱਤੇ ਇਹ ਜ਼ਿੰਮੇਵਾਰੀ ਰੱਖਣਗੇ ਕਿ ਉਹ ਵਿਅਕਤੀ ਸੁਪਰੀਮ ਕੋਰਟ ਦੇ ਜੱਜ ਲਈ ਕੁਆਲੀਫਾਈ ਕਰਦਾ ਹੈ ਜਾਂ ਨਹੀਂ ਉੱਧਰ ਹੀ ਰਾਸ਼ਟਰਪਤੀ ਦੇ ਹੋਣ ਵਾਲੀਆਂ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬੰਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਡੋਨਲਡ 트੍ਰੰਪ ਜੋ ਕਿ 40 ਸਟੇਟਾਂ ਦੇ ਵਿੱਚ ਆਪਣੀ ਜਿੱਤ ਹਾਸਲ ਕਰ ਚੁੱਕੇ ਹਨ ਉਹਨਾਂ ਨੇ ਕਿਹਾ ਹੈ ਕਿ ਜੇਕਰ ਉਹ ਰਾਸ਼ਟਰਪਤੀ ਚੁਣ ਲਏ ਜਾਂਦੇ ਹਨ ਤਾਂ ਉਹ ਵਿਦੇਸ਼ ਮੰਤਰੀ ਦੇ ਤੌਰ ਤੇ ਆਪਣੀ ਨਿੱਜੀ ਈਮੇਲ ਸਰਵਰ ਦੇ ਵਰਤੋਂ ਕਰਨ ਦੇ ਮਾਮਲੇ ਦੇ ਵਿੱਚ ਡੈਮੋਕ੍ਰੈਟਿਕ ਲੀਡਰ ਹੈਲਰੀ ਕਲਿੰਟਨ ਦੇ ਵਿਰੁੱਧ ਮੁਕੱਦਮਾ ਚਲਾਉਣਗੇ ਇਸ ਮਾਮਲੇ ਦੇ ਵਿੱਚ ਜੱਜ ਨੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਅਤੇ ਹੈਲਰੀ ਕਲਿੰਟਨ ਦੇ ਨਿੱਜੀ ਸਹਾਇਕਾਂ ਦੇ ਕੋਲੋਂ ਪੁੱਛਗਿੱਛ ਕਰਨ ਦਾ ਹੁਕਮ ਜਾਰੀ ਕੀਤਾ ਹੈ ਰਿਪਬਲਿਕਨਸ ਦਾ ਪੂਰਾ ਧਿਆਨ 1 ਮਾਰਚ ਨੂੰ ਹੋਣ ਵਾਲੇ ਸੁਪਰ ਟਿਊਜ਼ਡੇ ਦੇ ਉੱਤੇ ਲੱਗਿਆ ਹੈ ਜਦੋਂ ਕਿ 11 ਸਟੇਟਸ ਦੇ ਵਿੱਚ ਮੁਕਾਬਲਾ ਹੋਣਾ ਹੈ ਅਤੇ ਜਿਸ ਦਾ ਵਾਈਟ ਹਾਊਸ ਲਈ ਰਿਪਬਲਿਕਨ ਨੋਮੀਨੇਸ਼ਨ ਦੇ ਉੱਤੇ ਸਿੱਧਾ ਅਸਰ ਪਵੇਗਾ US ਦੇ ਵਿੱਚ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਸਿਕਿਉਰਟੀ ਦੇ ਮੱਦੇ ਨਜ਼ਰ ਸਿੱਖਾਂ ਦੀ ਪੱਗ ਲਾਉਣ ਦੇ ਮਾਮਲੇ ਦੇ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿੱਚ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਕਾਮੇਡੀਅਨ ਜਸਮੀਤ ਸਿੰਘ ਜਿਸ ਨੂੰ ਕਿ ਜਸ ਰੀਗਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਸ ਨੂੰ ਸਿਕਿਉਰਟੀ ਦੇ ਕਾਰਨਾਂ ਦੇ ਲਈ ਪੱਗ ਲਾਉਣ ਦੇ ਲਈ ਕਿਹਾ ਗਿਆ। ਜਸਮੀਤ ਸਿੰਘ ਜਾਨੀ ਕਿ ਜਸ ਰੀਗਨ ਕੈਨੇਡੀਅਨ ਮੂਲ ਦੇ ਇੱਕ ਕਾਮੇਡੀਅਨ ਹਨ ਅਤੇ ਜਸਮੀਤ ਸਿੰਘ ਨੇ ਟਵਿੱਟਰ ਦੇ ਉੱਤੇ ਪੋਸਟ ਪਾ ਕੇ 에어ਪੋਰਟ ਤੇ ਆਪਣੀ ਨਾਲ ਹੋਈ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ। ਜਸਮੀਤ ਸਿੰਘ ਨੇ ਕਹਿਆ ਕਿ 에어ਪੋਰਟ ਅਧਿਕਾਰੀਆਂ ਨੇ ਪ੍ਰਾਈਵੇਟ ਸਕਰੀਨਿੰਗ ਰੂਮ ਦੇ ਵਿੱਚ ਲੈ ਜਾ ਕੇ ਉਹਨਾਂ ਨੂੰ ਪੱਗ ਲਾ ਕੇ ਉਸ ਦੀ ਜਾਂਚ ਕੀਤੀ ਅਤੇ ਕੁਝ ਨਾ ਮਿਲਣ ਤੇ ਉਸ ਨੂੰ ਬਿਨਾਂ ਪਗੜ ਤੋਂ ਹੀ ਰੈਸਟ੍ਰੂਮ ਦੇ ਵਿੱਚੋਂ ਜਾਣ ਲਈ ਮਜਬੂਰ ਕੀਤਾ ਗਿਆ। ਜਸਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦੁਬਾਰਾ ਪਗੜ ਬੰਨਣ ਦੇ ਲਈ ਸ਼ੀਸ਼ਾ ਤੱਕ ਵੀ ਨਹੀਂ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਕਿਸੇ ਵੀ ਪਬਲਿਕ ਥਾਂ ਦੇ ਉੱਤੇ ਸਿੱਖਾਂ ਦੇ ਲਈ ਪਗੜ ਪੈਣ ਕੇ ਜਾਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਕੁਝ ਸਮਾਂ ਪਹਿਲਾਂ ਇੱਕ ਸਿੱਖ ਵੀ ਨੇਤਾ ਵਾਰਿਸ ਆਲੂਵਾਲੀਆ ਨੂੰ ਵੀ ਮੈਕਸੀਕੋ 에어ਪੋਰਟ ਦੇ ਫਲਾਈਟ ਦੇ ਵਿੱਚ ਚੜਨ ਤੋਂ ਰੋਕ ਦਿੱਤਾ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ 에어 ਮੈਕਸੀਕੋ ਨੇ ਆਪਣੇ ਇਸ ਵਿਵਹਾਰ ਦੇ ਲਈ ਉਹਨਾਂ ਤੋਂ ਮਾਫੀ ਮੰਗੀ ਸੀ ਪਰ ਇਹ ਸਾਰੇ ਮਾਮਲੇ ਸਿੱਖ ਪਾਈਚਾਰੇ ਦੇ ਲਈ ਇੱਕ ਚਿੰਤਾ ਕਰਨ ਦਾ ਮੁੱਦਾ ਹੈ ਤੇ ਉਹਨਾਂ ਨੂੰ ਇਸ ਦੇ ਬਾਰੇ ਕੋਈ ਵੀ ਕਦਮ ਚੱਕਦੇ ਹੋਏ ਇਕੱਠੇ ਸਾਂਝਾ ਕਦਮ ਚੱਕਣਾ ਚਾਹੀਦਾ ਹੈ ਤੇ ਅਤੇ ਸਿੱਖਾਂ ਦੀ ਵੱਖਰੀ ਪਛਾਣ ਦੇ ਲਈ ਉਹਨਾਂ ਨੂੰ ਹੋਰ ਕਦਮ ਚੱਕਣੇ ਚਾਹੀਦੇ ਹਨ ਤਾਂ ਕਿ ਦੇਸ਼ ਵਿਦੇਸ਼ ਦੇ ਵਿੱਚ ਕਿਤੇ ਵੀ ਉਹਨਾਂ ਨੂੰ ਅਜਿਹੀ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਫ੍ਰੀਮਾਉਂਟ ਦੇ ਵਿੱਚ ਅਮਰੀਕਾ ਦੇ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਕੇ ਪਰਵਾਹ ਹੁੰਗਾਰਾ ਮਿਲਿਆ ਹੈ ਇਸ ਮਹਿੰਮ ਦੇ ਵਿੱਚ 300 ਦੇ ਕਰੀਬ ਗੁਰੂ ਘਰਾਂ ਨਾਲ ਸੰਬੰਧਿਤ ਸਿੱਖ ਆਗੂ ਇੰਜੀਨੀਅਰ ਅਤੇ ਡਾਕਟਰ ਸ਼ਾਮਿਲ ਹੋਏ ਹਨ ਇਸ ਨੈਸ਼ਨਲ ਸਿੱਖ ਕੈਂਪੇਨ ਦਾ ਮੁੱਖ ਮਕਸਦ ਅਮਰੀਕਾ ਦੇ ਵਿੱਚ ਵਸਦੇ ਸਿੱਖਾਂ ਦੇ ਉੱਤੇ ਪਿਛਲੇ 13 ਸਾਲਾਂ ਦੇ ਸਮੇਂ ਤੋਂ ਹੁੰਦੇ ਨਸਲੀ ਹਮਲੇ ਨੂੰ ਲੈ ਕੇ ਅਮਰੀਕਾ ਦੇ ਉੱਗੇ ਸਿੱਖ ਕੌਮ ਦੇ ਪ੍ਰਬੰਧਕ ਇਸ ਇਥੇ ਆਏ ਅਤੇ ਉਹਨਾਂ ਨੇ ਸਿੱਖਾਂ ਦੀ ਵੱਖਰੀ ਪਛਾਣ ਬਾਰੇ ਅਮਰੀਕਾ ਲੋਕਾਂ ਨੂੰ ਆਪਣੀ ਪਛਾਣ ਤੋਂ ਜਾਣੂ ਕਰਵਾਉਣ ਦਾ ਮੁੱਖ ਮੋਟਿਵ ਦੱਸਿਆ ਜੌਨਸਨ ਐਂਡ ਜੌਨਸਨ ਕੰਪਨੀ ਦੇ ਖਿਲਾਫ ਚੱਲ ਰਹੇ ਇੱਕ ਲਾਅਸੂਟ ਦੇ ਵਿੱਚ ਮਿਜ਼ਰੀ ਦੀ ਜਿਊਰੀ ਨੇ ਮਾਰਵਿਨ ਸਾਲਟਰ ਨੂੰ 72 ਮਿਲੀਅਨ ਡਾਲਰ ਦਿੱਤੇ ਹਨ ਮਾਰਵਿਨ ਸਾਲਟਰ ਨੇ ਜੌਨਸਨ ਐਂਡ ਜੌਨਸਨ ਕੰਪਨੀ ਦੇ ਉੱਤੇ ਇਹ ਲਾਅਸੂਟ ਮਾਰਵਿਨ ਸਾਲਟਰ ਨੇ ਆਪਣੀ ਸਵਰਗੀ ਮਾਂ ਦੇ ਬਿਹਾਫ ਦੇ ਉੱਤੇ ਕੀਤਾ ਸੀ ਇਸ ਲਾਅ ਸੂਟ ਦੇ ਵਿੱਚ ਕੰਪਨੀ ਦੇ ਉੱਤੇ ਇਹ ਕਲੇਮ ਕੀਤਾ ਗਿਆ ਸੀ ਕਿ ਉਸਦੀ ਮਾਂ ਜਿਸ ਦਾ ਕਿ ਨਾਮ ਜੈਕੀ ਫੌਕਸ ਸੀ ਉਸ ਨੂੰ ఓਵਰੀਅਨ ਕੈਂਸਰ ਹੋਇਆ ਸੀ ਜੋ ਕਿ ਕੰਪਨੀ ਦਾ ਬੇਬੀ ਪਾਊਡਰ ਅਤੇ ਸ਼ਾਵਰ ਟੂ ਸ਼ਾਵਰ ਪਾਊਡਰ ਜੋ ਕਿ ਟੈਲਕਮ ਪਾਊਡਰ ਹਨ ਉਹ ਵਰਤਣ ਦੇ ਕਾਰਨ ਉਹਨਾਂ ਨੂੰ ఓਵਰੀਅਨ ਕੈਂਸਰ ਹੋਇਆ ਸੀ ਅਲਬਾਮਾ ਦੀ ਰਹਿਣ ਵਾਲੀ ਜੈਕੀ ਫੌਕਸ ਜਿਸ ਨੂੰ ਕਿ 2013 ਦੇ ਵਿੱਚ ਕੈਂਸਰ ਦੇ ਨਾਲ ਪੀੜਤ ਪਾਇਆ ਗਿਆ ਸੀ ਤੇ ਉਹ ਪਿਛਲੇ ਸਾਲ ਫਾਲ ਦੇ ਵਿੱਚ ਆਪਣੀ 68 ਸਾਲ ਉਮਰ ਪੂਰੀ ਕਰਦੇ ਹੋਏ ఓਵਰੀਅਨ ਕੈਂਸਰ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਇਸ ਤੋਂ ਬਾਅਦ ਉਨ੍ਹਾਂ ਦੇ بیٹے ਮਾਰਵਿਨ ਸਾਲਟਰ ਨੇ ਕੰਪਨੀ ਦੇ ਖਿਲਾਫ ਇਹ ਕੇਸ ਕੀਤਾ ਕੇਸ ਜਿੱਤਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਦਰਦ ਭਰਿਆ ਰਸਤਾ ਸੀ ਪਰ ਅਖੀਰ ਦੇ ਵਿੱਚ ਉਹਨਾਂ ਨੂੰ ਜੋ ਇਹ ਜਿੱਤ ਮਿਲੀ ਹੈ ਉਹ ਇਹ ਜਿੱਤ ਆਪਣੀ ਮਾਂ ਨੂੰ ਡੈਡੀਕੇਟ ਕਰਦੇ ਹਨ ਕਿਉਂਕਿ ਉਹਨਾਂ ਨੇ ਕਿਹਾ ਉਹਨਾਂ ਦੀ ਮਾਂ ਦੀ ਇਹ ਆਖਰੀ ਇੱਛਾ ਸੀ ਕਿ ਕੰਪਨੀ ਨੂੰ ਉਹਨਾਂ ਦੀ ਕੀਤੇ ਦੀ ਸਜ਼ਾ ਦਵਾਈ ਜਾ ਸਕੇ ਤੇ ਉਹਨਾਂ ਦੇ ਕਰਕੇ ਹੀ ਉਹ ਇੱਥੇ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਇਸ ਤੋਂ ਬਾਅਦ ਉਹਨਾਂ ਨੇ ਫੇਸਬੁੱਕ ਤੇ ਵੀ ਆਪਣੀ ਮਾਂ ਦੀ ਫੋਟੋ ਸਾਂਝੀ ਕਰਕੇ ਕੰਪਨੀ ਦੇ ਖਿਲਾਫ ਜਿੱਤੇ ਇਸ ਕੇਸ ਦੀ ਖਬਰ ਦਿੱਤੀ ਜੂਰੀ ਨੇ 10 ਮਿਲੀਅਨ ਡਾਲਰ ਪਰਿਵਾਰ ਨੂੰ ਕੰਪਨਸੈਂਟਰੀ ਡੈਮੇਜ ਦੇ ਤੌਰ ਤੇ ਦਿੱਤੇ ਅਤੇ 62 ਮਿਲੀਅਨ ਡਾਲਰ ਕੰਪਨੀ ਨੂੰ ਜੁਰਮਾਨੇ ਦੇ ਤੌਰ ਤੇ ਪਾਏ ਗਏ। ਕੰਪਨੀ ਦੇ ਖਿਲਾਫ ਟੋਟਲ 1200 ਸਿਵਲ ਲਾਅਸੂਟ ਚੱਲ ਰਹੇ ਹਨ ਅਤੇ ਉਹਨਾਂ ਦੇ ਵਿੱਚੋਂ ਚੱਲ ਰਿਹਾ ਇਹ ਇੱਕ ਕੇਸ ਦੀ ਜਿਸ ਦੇ ਵਿੱਚ ਮਾਰਵਿਨ ਸਾਲਟਰ ਨੇ ਜਿੱਤ ਹਾਸਲ ਕੀਤੀ ਹੈ। ਕੰਪਨੀ ਨੇ ਇਸ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਉਹ ਆਪਣੀ ਕੰਪਨੀ ਦਾ ਕੋਈ ਵੀ ਪ੍ਰੋਡਕਟ ਬਣਾਉਣ ਦੇ ਲਈ ਪੂਰੇ ਹਾਈ ਸਟੈਂਡਰਡਸ ਦਾ ਧਿਆਨ ਰੱਖਦੀ ਹੈ ਅਤੇ ਉਹਨਾਂ ਨੇ ਕਿਹਾ ਕਿ ਇਹ ਪਿਛਲੇ ਕਈ ਸਾਲਾਂ ਤੋਂ ਹੀ ਕੋਸਮੈਟਿਕ ਦੇ ਖਿਲਾਫ ਇਹ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦੇ ਕਾਰਨ ਕੈਂਸਰ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ ਇਸ ਕਰਕੇ ਉਹਨਾਂ ਨੂੰ ਇਹ ਉਸ ਫੈਮਿਲੀ ਦੇ ਨਾਲ ਉਹ ਸੰਪਤੀ ਰੱਖਦੀਆਂ ਹਨ ਅਤੇ ਉਹਨਾਂ ਨੇ ਕਿਹਾ ਕਿ ఓਵਰੀਅਨ ਕੈਂਸਰ ਇੱਕ ਕੰਪਲੈਕਸ ਡਿਜ਼ੀਜ਼ ਹੈ ਜਿਸ ਦਾ ਹਜੇ ਤੱਕ ਕੋਈ ਵੀ ਕਾਰਨ ਅਤੇ ਕੋਈ ਵੀ ਠੋਸ ਸਬੂਤ ਨਹੀਂ ਮਿਲਿਆ ਹੈ ਤੇ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੈਸ਼ਨਲ ਕੈਂਸਰ ਇੰਸਟੀਚਿਊਟ ਜਾਂ ਫਿਰ ਕਾਸਮੈਟਿਕ ਇНГ੍ਰੀਡੀਐਂਟ ਰਿਵਿਊ ਕਮੇਟੀ ਇਹਨਾਂ ਦੇ ਦੁਆਰਾ ਕੋਈ ਵੀ ਸਬੂਤ ਹਜੇ ਤੱਕ ਨਹੀਂ ਮਿਲਿਆ ਕਿ ਇਹ ਪਾਊਡਰ ਦੇ ਕਾਰਨ ਹੀ ਉਹਨਾਂ ਨੂੰ ఓਵਰੀਅਨ ਕੈਂਸਰ ਹੋਇਆ ਪਰ ਉਹ ਅਦਾਲਤ ਦੇ ਫੈਸਲੇ ਦੀ ਇੱਜ਼ਤ ਕਰਦੇ ਹਨ ਨੇਪਾਲ ਦੇ ਵਿੱਚ ਇੱਕ ਪਲੇਨ ਕ੍ਰੈਸ਼ ਦੇ ਵਿੱਚ 23 ਲੋਕਾਂ ਦੀ ਮੌਤ ਹੋ ਗਈ ਹੈ। ਤਾਰਾ ਕੰਪਨੀ ਦਾ ਇਹ 에ਅਰਪਲੇਨ ਜੋ ਕਿ 23 ਲੋਕਾਂ ਨੂੰ ਲੈ ਕੇ ਜਿਨ੍ਹਾਂ ਦੇ ਵਿੱਚ ਦੋ ਬੱਚੇ ਵੀ ਸਨ ਉਹ ਨਾਰਦਰਨ ਨੇਪਾਲ ਦੇ ਕੋਲ ਸਿਰਫ 19 ਮਿੰਟਾਂ ਦੀ ਫਲਾਈਟ ਭਰਨ ਤੋਂ ਬਾਅਦ ਕ੍ਰੈਸ਼ ਹੋ ਗਿਆ। ਜਿਸ ਤੋਂ ਬਾਅਦ ਸਾਰੇ ਹੀ ਸਵਾਰੀਆਂ ਦੀ ਉਸ ਦੇ ਵਿੱਚ ਮੌਤ ਹੋ ਗਈ। ਉੱਥੋਂ ਦੇ ਡਿਪਟੀ ਪੁਲਿਸ ਸੁਪਰਡੈਂਟ ਵਿਸ਼ਵਾ ਰਾਜ ਖੜਕਾ ਨੇ ਦੱਸਿਆ ਹੈ ਕਿ 19 ਡੈੱਡ ਬਾਡੀਜ਼ ਨੂੰ ਰਿਟਰੀਵ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਤਲਾਸ਼ ਅਜੇ ਜਾਰੀ ਹੈ। ਉਹਨਾਂ ਨੇ ਦੱਸਿਆ ਕਿ ਸਮੁੰਦਰੀ ਤਲ ਦੇ ਉੱਤੋਂ 16000 ਫੁੱਟ ਦੀ ਉਚਾਈ ਤੇ ਬਧੀ ਧੁੰਦ ਕਰਨੇ ਹਾਸਾ ਹੋਇਆ ਤੇ ਇਸ ਦੇ ਕਾਰਨ ਉਹਨਾਂ ਨੂੰ ਡੈੱਡ ਬਾਡੀਜ਼ ਦੀ ਤਲਾਸ਼ ਕਰਨ ਦੇ ਵਿੱਚ ਵੀ ਦਿੱਕਤ ਆ ਰਹੀ ਹੈ। ਤਾਰਾ ਯਰ ਦੇ ਸਪੋਕਸਮੈਨ ਪੀਮ ਰਾਏ ਨੇ ਪਹਿਲਾਂ ਦੱਸਿਆ ਸੀ ਕਿ ਇਸ ਦੇ ਵਿੱਚ 21 ਲੋਕ ਸਵਾਰ ਸਨ ਅਤੇ ਇਸ ਦੇ ਵਿੱਚ ਤਿੰਨ ਕਰੂ ਮੈਂਬਰਸ ਵੀ ਸਨ ਪਰ ਉਸ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਸ ਦੇ ਵਿੱਚ ਦੋ ਹੋਰ ਫਾਰਨਰਸ ਵੀ ਸਨ ਅਤੇ ਟੋਟਲ ਮਿਲਾ ਕੇ 23 ਪੈਸੇਂਜਰ ਇਸ ਦੇ ਵਿੱਚ ਸਨ ਤੇ ਤਿੰਨ ਕਰੂ ਮੈਂਬਰ ਸਨ ਜਿਨ੍ਹਾਂ ਦੀ ਉੱਥੇ ਮੌਕੇ ਤੇ ਹੀ ਮੌਤ ਹੋ ਗਈ। ਏਸਨ ਅੱਜ ਦੀਆਂ ਕੁਝ ਖਾਸ ਖਬਰਾਂ ਹੁਣ ਵਾਦਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ ਵੀਰਵਾਰ ਨੂੰ ਸੈਨੋਸਦੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 77 ਡਿਗਰੀ ਅਤੇ ਲੋ ਟੈਂਪਰੇਚਰ 49 ਡਿਗਰੀ ਸੈਨ ਫਰਾਂਸਿਸਕੋ ਦੇ ਵਿੱਚ 72 ਡਿਗਰੀ ਹਾਈ ਅਤੇ 52 ਡਿਗਰੀ ਲੋ ਸੈਕਰਾਮੈਂਟੋ ਦੇ ਵਿੱਚ 74 ਡਿਗਰੀ ਹਾਈ ਅਤੇ 46 ਡਿਗਰੀ ਲੋ ਫਰੇਜ਼ਨੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ ਬੇਕਰਫੀਲਡ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ ਮੋਂਡੇਸਟੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ ਯੂਬਾ ਸਿਟੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ ਸਟਾਕਟਨ ਦੇ ਵਿੱਚ 75 ਡਿਗਰੀ ਹੈ ਤੇ ਰਾਤ ਨੂੰ 47 ਡਿਗਰੀ ਲੋ ਲਾਸ ਐਂਜਲਸ ਦੇ ਵਿੱਚ 81 ਡਿਗਰੀ ਹੈ ਤੇ ਰਾਤ ਨੂੰ 54 ਡਿਗਰੀ ਲੋ ਟ੍ਰੈਸੀ ਦੇ ਵਿੱਚ 75 ਡਿਗਰੀ ਹੈ ਤੇ ਰਾਤ ਨੂੰ 48 ਡਿਗਰੀ ਲੋ ਟਰੱਕੀ ਦੇ ਵਿੱਚ 58 ਡਿਗਰੀ ਹੈ ਤੇ ਰਾਤ ਨੂੰ 31 ਡਿਗਰੀ ਲੋ ਸਾਊਥ ਲੇਕ ਟਾਹੋ ਦੇ ਵਿੱਚ 57 ਡਿਗਰੀ ਹੈ ਤੇ ਰਾਤ ਨੂੰ 29 ਡਿਗਰੀ ਲੋ ਰੈਨੋ ਨਿਵਾਡਾ ਦੇ ਵਿੱਚ 68 ਡਿਗਰੀ ਹੈ ਤੇ ਰਾਤ ਨੂੰ 36 ਡਿਗਰੀ ਲੋ ਸੈਟਲ ਦੇ ਵਿੱਚ 60 ਡਿਗਰੀ ਹੈ ਤੇ ਰਾਤ ਨੂੰ 43 ਡਿਗਰੀ ਲੋ ਪੋਰਟਲੈਂਡ ਓਰੇਗਨ ਦੇ ਵਿੱਚ 68 ਡਿਗਰੀ ਹੈ ਤੇ ਰਾਤ ਨੂੰ 44 ਡਿਗਰੀ ਲੋ ਨੈਕਸਟ ਐਫਰਿਜ਼ੋਨਾ ਦੇ ਵਿੱਚ 61 ਡਿਗਰੀ ਹੈ ਜਤਰਾਤ ਨੂੰ 27 ਡਿਗਰੀ ਲੋ ਸੌਲਟ ਲੇਕ ਸਿਟੀ ਯੂਟਾ ਦੇ ਵਿੱਚ 53 ਡਿਗਰੀ ਹੈ ਤੇ ਰਾਤ ਨੂੰ 33 ਡਿਗਰੀ ਲੋ ਸ਼ਿਕਾਗੋ ਦੇ ਵਿੱਚ 37 ਡਿਗਰੀ ਹੈ ਤੇ ਰਾਤ ਨੂੰ 27 ਡਿਗਰੀ ਲੋ ਅਤੇ ਇੱਥੇ ਤੇਜ਼ ਵਿੰਟਰ ਸਟਾਰਮ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜੀ ਨਿਊਯਾਰਕ ਦੇ ਵਿੱਚ 52 ਡਿਗਰੀ ਹੈ ਤੇ ਰਾਤ ਨੂੰ 33 ਡਿਗਰੀ ਲੋ ਕੈਨੇਡਾ ਵੈਂਕੂਵਰ ਦੇ ਵਿੱਚ 13 ਡਿਗਰੀ ਸੈਲਸੀਅਸ ਹੈ ਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ ਕੈਲਗਰੀ ਦੇ ਵਿੱਚ 12 ਡਿਗਰੀ ਸੈਲਸੀਅਸ ਹੈ ਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ ਟੋਰਾਂਟੋ ਦੇ ਵਿੱਚ 2 ਡਿਗਰੀ ਸੈਲਸੀਅਸ ਹੈ -11 ਡਿਗਰੀ ਸੈਲਸੀਅਸ ਲੋ ਵਿਨੀਪੈਗ ਦੇ ਵਿੱਚ -5 ਡਿਗਰੀ ਸੈਲਸੀਅਸ ਆਈ ਹੈ ਅੱਜ ਰਾਤ ਨੂੰ -8 ਡਿਗਰੀ ਸੈਲਸੀਅਸ ਲੋ ਅਮਰੀਕਾ ਦੇ ਵਿੱਚ 28 ਡਿਗਰੀ ਸੈਲਸੀਅਸ ਆਈ ਹੈ ਅੱਤਰਾਤ ਨੂੰ 12 ਡਿਗਰੀ ਸੈਲਸੀਅਸ ਲੋ ਮੈਲਬਨ ਦੇ ਵਿੱਚ 30 ਡਿਗਰੀ ਸੈਲਸੀਅਸ ਆਈ ਹੈ ਅੱਤਰਾਤ ਨੂੰ 15 ਡਿਗਰੀ ਸੈਲਸੀਅਸ ਲੋ ਲੰਡਨ ਦੇ ਵਿੱਚ 6 ਡਿਗਰੀ ਸੈਲਸੀਅਸ ਆਈ ਹੈ ਅੱਤਰਾਤ ਨੂੰ -2 ਡਿਗਰੀ ਸੈਲਸੀਅਸ ਲੋ ਬਰਲਿਨ ਦੇ ਵਿੱਚ 5 ਡਿਗਰੀ ਸੈਲਸੀਅਸ ਆਈ ਹੈ ਅੱਤਰਾਤ ਨੂੰ -1 ਡਿਗਰੀ ਸੈਲਸੀਅਸ ਲੋ ਅਤੇ ਪੈਰਿਸ ਦੇ ਵਿੱਚ 6 ਡਿਗਰੀ ਸੈਲਸੀਅਸ ਆਈ ਹੈ ਅੱਤਰਾਤ ਨੂੰ -2 ਡਿਗਰੀ ਤੇ ਹੁਣ ਵਾਧੇਆਂ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ ਬੁੱਧਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਉ ਜੋਨਸ 53.21 ਅੰਕ ਵੱਧ ਕੇ 16484.99 ਤੇ ਬੰਦ ਹੋਇਆ ਨੈਸਟੈਗ 39 ਅੰਕ ਵੱਧ ਕੇ 4542.68 ਤੇ ਬੰਦ ਹੋਇਆ ਐਸ ਐਂਡ ਪੀ 8 ਅੰਕ ਵੱਧ ਕੇ 1929.80 ਤੇ ਬੰਦ ਹੋਇਆ ਅਤੇ ਵੈਲਸ਼ਰ 5102 ਅੰਕ ਵੱਧ ਕੇ 19779.39 ਤੇ ਬੰਦ ਹੋਇਆ ਜੀ ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ ਯੂ ਐਸ ਡਾਲਰ ਦੀ ਕੀਮਤ ਰਹੀ 68 ਰੁਪਏ 41 ਪੈਸੇ ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 49 ਰੁਪਏ 97 ਪੈਸੇ ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 95 ਰੁਪਏ 41 ਪੈਸੇ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 49 ਰੁਪਏ 23 ਪੈਸੇ ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 45 ਰੁਪਏ 58 ਪੈਸੇ ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48 ਰੁਪਏ 72 ਪੈਸੇ ਇੱਕ ਯੂਰੋ ਦੀ ਕੀਮਤ ਰਹੀ 75 ਰੁਪਏ 40 ਪੈਸੇ ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 181 ਰੁਪਏ 68 ਪੈਸੇ ਅਤੇ ਇੱਕ ਦinars ਦੀ ਕੀਮਤ ਰਹੀ 228 ਰੁਪਏ 13 ਪੈਸੇ ਸੋਨੇ ਦਾ ਰੇਟ 1228 ਡਾਲਰ 95 ਸੈਂਟ ਪਰ ਆਉਂਸ ਰਹੀ ਅਤੇ ਚਾਂਦੀ 15 ਡਾਲਰ 23 ਸੈਂਟ ਪਰ ਆਉਂਸ ਰਹੀ ਇਸੇ ਦੇ ਨਾਲ ਖਬਰਾਂ ਦਾ ਇਹ ਬਲਟਿਨ ਇੱਥੇ ਹੀ ਸਮਾਪਤ ਕਰਦੇ ਹਾਂ ਜੀ ਤੇ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਦਾ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕਿਸੇ ਵੀ ਤਰ੍ਹਾਂ ਦੀ ਫੀਡਬੈਕ ਦੇ ਲਈ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408 272 52100 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabireadiousa.com ਤੇ ਇੱਕ ਵਾਰੀ ਫੇਰ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੁੰਦਰਯੋ ਜੀ ਪੰਜਾਬੀ ਰੇਡੀਓ ਯੂ ਐਸ ਏ